ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਸਿਆਸਤ ਦੀ ਰਾਜਧਾਨੀ ਬਣਨ ਜਾ ਰਿਹਾ ਹੈ। ਲੋਕ ਸਭਾ ਚੋਣਾਂ 'ਚ ਸਿਆਸੀ ਮੈਦਾਨ ਨੂੰ ਪਖਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ 13 ਮਈ ਨੂੰ ਚੰਡੀਗੜ੍ਹ ਆ ਰਹੇ ਨੇ। ਮੋਦੀ ਦੀ ਫੇਰੀ ਤੋਂ ਪਹਿਲਾਂ ਭਾਜਪਾ ਵੀ ਬਾਗੋ ਬਾਗ ਹੈ। ਕਿਰਨ ਖੇਰ ਦੀ ਚੋਣ ਮੁਹਿੰਮ ਨੂੰ ਵੱਡਾ ਹੁੰਗਾਰਾ ਮਿਲਣ ਦਾ ਦਾਅਵਾ ਕੀਤਾ ਜਾ ਰਿਹਾ। ਸਿਟੀ ਬਿਊਟੀਫੁੱਲ 'ਚ ਕਾਂਗਰਸ ਦੇ ਪਵਨ ਕੁਮਾਰ ਬਾਂਸਲ ਦੇ ਹੱਕ 'ਚ ਨਵਜੋਤ ਸਿੱਧੂ ਪ੍ਰਚਾਰ ਕਰ ਚੁੱਕੇ ਨੇ। ਸਿੱਧੂ ਨੇ ਮੋਦੀ 'ਤੇ ਤਿੱਖੇ ਹਮਲੇ ਕੀਤੇ ਸਨ। ਉਮੀਦ ਹੈ ਕਿ ਮੋਦੀ ਵਿਰੋਧੀਆਂ 'ਤੇ ਕਰੜਾ ਪਲਟਵਾਰ ਕਰਨਗੇ। ਚੰਡੀਗੜ੍ਹ ਦੀ ਸਿਆਸੀ ਟੱਕਰ, ਭਾਜਪਾ ਦੀ ਮੌਜੂਦਾ ਸੰਸਦ ਮੈਂਬਰ ਕਿਰਨ ਖੇਰ ਦਾ ਮੁਕਾਬਲਾ ਕਾਂਗਰਸ ਦੇ ਪਵਨ ਕੁਮਾਰ ਬਾਂਸਲ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੋਹਨ ਧਵਨ ਦੇ ਨਾਲ ਹੈ। ਕਿਰਨ ਖੇਰ ਮਸ਼ਹੂਰ ਫਿਲਮੀ ਅਦਾਕਾਰ ਹੈ ਅਤੇ 2014 'ਚ ਪਹਿਲੀ ਵਾਰ ਲੋਕ ਸਭਾ ਚੋਣ ਲੜੀ ਸੀ। ਕਿਰਨ ਖੇਰ ਨੇ ਕਾਂਗਰਸ ਦੇ ਪਵਨ ਕੁਮਾਰ ਬਾਂਸਲ ਅਤੇ ਆਮ ਆਦਮੀ ਪਾਰਟੀ ਦੀ ਗੁਲ ਪਨਾਗ ਨੂੰ ਹਰਾਇਆ ਸੀ। ਕਾਂਗਰਸ ਦੇ ਉਮੀਦਵਾਰ ਪਵਨ ਕੁਮਾਰ ਬਾਂਸਲ 28 ਅਕਤੂਬਰ 2012 ਤੋਂ 10 ਮਈ 2013 ਤੱਕ ਰੇਲ ਮੰਤਰੀ ਰਹਿ ਚੁੱਕੇ ਨੇ। 15ਵੀਂ ਲੋਕ ਸਭਾ 'ਚ ਚੰਡੀਗੜ੍ਹ ਤੋਂ ਜਿੱਤ ਹਾਸਲ ਕੀਤੀ ਸੀ, ਜਦਕਿ ਰੇਲ ਘੁਟਾਲੇ 'ਚ ਪਵਨ ਕੁਮਾਰ ਬਾਂਸਲ ਦਾ ਨਾਮ ਵੀ ਸਾਹਮਣੇ ਆਇਆ ਸੀ। ਆਮ ਆਦਮੀ ਪਾਰਟੀ ਦੇ ਹਰਮੋਹਨ ਧਵਨ ਸਾਲ 1977 ਤੋਂ ਸਿਆਸਤ 'ਚ ਸਰਗਰਮ ਨੇ। 1981 'ਚ ਜਨਤਾ ਪਾਰਟੀ ਦੇ ਪ੍ਰਧਾਨ ਚੁਣੇ ਗਏ ਸਨ। 1999 'ਚ ਚੰਡੀਗੜ੍ਹ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਅਤੇ ਨਵੰਬਰ 2018 'ਚ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ। ਚੰਡੀਗੜ੍ਹ ਸੀਟ ਦੇ ਸਿਆਸੀ ਸਮੀਕਰਨ ਦੀ ਗੱਲ ਕਰੀਏ ਤਾਂ ਪਵਨ ਕੁਮਾਰ ਬਾਂਸਲ ਲਗਾਤਾਰ 3 ਵਾਰ ਇਸ ਸੀਟ ਤੋਂ ਲੋਕ ਸਭਾ ਮੈਂਬਰ ਰਹਿ ਚੁੱਕੇ ਨੇ। 2014 'ਚ ਇਸ ਸੀਟ ਤੋਂ ਬੀਜੇਪੀ ਦੀ ਕਿਰਨ ਖੇਰ ਜੇਤੂ ਰਹੀ, ਜਦਕਿ ਆਮ ਆਦਮੀ ਪਾਰਟੀ 3ਜੇ ਨੰਬਰ 'ਤੇ ਰਹੀ ਸੀ। ਹਰਮੋਹਨ ਧਵਨ ਭਾਜਪਾ ਦਾ ਪੱਲਾ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਨੇ। ਚੰਡੀਗੜ੍ਹ ਦੇ ਕੁੱਲ ਵੋਟਰ 6,15,214 ਨੇ। ਪੁਰਸ਼ ਵੋਟਰ 3,33,621 ਅਤੇ ਮਹਿਲਾ ਵੋਟਰ 2,81,593। ਚੰਡੀਗੜ੍ਹ 'ਚ ਸਥਾਨਕ ਅਤੇ ਕੌਮੀ ਮੁੱਦਿਆਂ ਦੀ ਸਿਆਸਤ ਸਿਖਰ 'ਤੇ ਹੈ। ਬਾਂਸਲ ਚੰਡੀਗੜ੍ਹ ਨੂੰ ਮੈਟਰੋ ਦੇਣ ਦੇ ਵਾਅਦੇ 'ਤੇ ਵੋਟ ਮੰਗ ਰਹੇ ਨੇ। ਪਾਰਕਿੰਗ, ਨਵਾਂ ਟਰਾਂਸਪੋਰਟ ਪੁਆਇੰਟ ਵੀ ਬਾਂਸਲ ਦੇ ਮੁੱਦਿਆਂ 'ਚ ਸ਼ੁਮਾਰ ਹੈ, ਜਦਕਿ ਬਾਲਾਕੋਟ ਏਅਰ ਸਟ੍ਰਾਈਕ, ਸਰਜੀਕਲ ਸਟ੍ਰਾਈਕ, ਨੋਟਬੰਦੀ ਅਤੇ GST ਮੁੱਦਾ ਬਣਾ ਕੇ ਕਿਰਨ ਖੇਰ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ। ਮੋਦੀ ਦੀ ਫੇਰੀ ਦੇ ਨਾਲ ਕਿਰਨ ਖੇਰ ਦੇ ਪ੍ਰਚਾਰ ਨੂੰ ਹੁੰਗਾਰਾ ਮਿਲਦਾ ਜਾਂ ਨਹੀਂ ਅਤੇ ਵਿਰੋਧੀਆਂ 'ਤੇ ਕੀ ਅਸਰ ਪੈਂਦਾ, ਇਹ ਨਤੀਜੇ ਦੱਸਣਗੇ ਅਤੇ ਉਮੀਦਵਾਰਾਂ ਦੇ ਦਾਅਵਿਆਂ ਅਤੇ ਵਾਅਦਿਆਂ ਬਾਰੇ 19 ਮਈ ਨੂੰ ਵੋਟ ਪਾ ਕੇ ਲੋਕ ਦੱਸਣਗੇ ਕਿ ਉਹਨਾਂ ਦਾ ਮੂਡ ਕੀ ਹੈ। ਬਿਊਰੋ ਰਿਪੋਰਟ, ਇੰਡੀਆ ਨਿਊਜ਼, ਪੰਜਾਬ।